ਬੀਤੇ ਦਿਨੀ ਤਰਨ ਤਾਰਨ ਦੇ ਨੇੜੇ ਪਿੰਡ ਭੋਜੀਆ ਵਿਖੇ ਇੱਕ ਵਿਅਕਤੀ ਆਪਣੀ ਦੁਕਾਨ ਬੰਦ ਕਰਕੇ ਵਾਪਿਸ ਆਉਂਦੇ ਦੇਰ ਸ਼ਾਮ ਨੂੰ ਪਿੰਡ ਵਾਸੀਆਂ ਦੇ ਲੋਕਾਂ ਵੱਲੋਂ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਲਾਜ ਕਰਵਾਉਣ ਦੇ ਲਈ ਉਸਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਪਰ ਹਸਪਤਾਲ ਦੇ ਵਿੱਚ ਜਾ ਕੇ ਉਸਦੀ ਮੌਤ ਹੋਈ ਹੈ। ਇਹ ਉੱਥੋਂ ਕੰਮ ਦਾ ਹੁੰਦਾ ਸੀ ਗੁਰਪ੍ਰੀਤ ਹੋਣੀ। ਅੱਛਾ ਜੀ। ਤੇ ਏਦਾਂ ਹੀ ਇਹਨਾਂ ਨੂੰ ਇਹ ਬੰਦੇ ਬਹਿ ਗਏ ਆ। ਹਾਂਜੀ, ਬੰਦਿਆਂ ਦਾ ਕੋਈ ਨਾਮ ਦਾ ਪਤਾ ਕੋਈ ਮੈਂਸ਼ਨ ਕਰੋ? ਕੀ ਨਾਮ ਹੈ? ਗੱਜਣ ਸਿੰਘ, ਰੇਸ਼ਮ ਸਿੰਘ, ਹਾਂ, ਗੁਰਪ੍ਰੀਤ, ਬਲਵੰਤ ਤੇ ਹਰਮਨ ਸਿੰਘ ਤੇ ਕੁੰਨਣ ਸਿੰਘ। ਕੀ ਰੰਜਿਸ਼ ਸੀ, ਕਿਉਂ ਮਾਰਿਆ? ਇਹਨਾਂ ਨੂੰ ਕੰਧ ਤੋਂ ਥੋੜ੍ਹਾ ਝਗੜਾ ਸੀ ਬਸ, ਤੇ ਅਸੀਂ ਜਦੋਂ ਆ ਪੰਚਾਇਤ ਆਈ ਆ ਤੇ ਬਸ ਅਸੀਂ ਬਹਿ ਗਏ ਆ ਸਾਰੇ ਆਪਣੇ ਆਪਣੇ ਘਰ, ਕੋਈ ਚੱਕਰ ਨਹੀਂ ਆ। ਤੇ ਬਸ ਜਦੋਂ ਇਹ ਆਉਣ ਦੇ ਕੰਮ ਤੋਂ ਤੇ ਇਹਨਾਂ ਨੇ ਵਾਰ ਕਰਤੇ ਆ ਉਹਦੇ ਤੇ ਕਾਰਵਾਈ ਕੀਤੀ। ਹਾਂਜੀ, ਨਹੀਂ ਜੀ ਅਜੇ ਕੋਈ ਨਹੀਂ। ਹਾਂਜੀ, ਮੰਗ ਤੁਹਾਡੀ? ਮੰਗ ਇਹ ਇਨਸਾਫ਼ ਹੋਣਾ ਚਾਹੀਦਾ ਵਾ ਬਸ। ਹਾਂ, ਇਨਸਾਫ਼ ਸਾਨੂੰ ਮਿਲਣਾ ਚਾਹੀਦਾ ਵਾ, ਸਾਡਾ ਇੱਕ ਕਤਲ ਹੋ ਗਿਆ ਵਾ ਤੇ। ਹਾਂਜੀ, ਕਿੰਨੀ ਚਿਰ ਦਾ ਮੁੰਡਾ? ਹਾਂਜੀ, ਕਿੰਨੀ ਉਮਰ? ਇਹਦੀ 33 ਸਾਲ ਉਮਰ ਜੀ। ਕਿੰਨੇ ਬੱਚੇ ਦੇ? ਇਹਦਾ ਇਕੱਲਾ ਹੀ ਆ ਬੇਟਾ, 9-10 ਸਾਲਾਂ ਦਾ। ਹੁਣ ਕੀ ਮੰਗ ਕਰ ਰਹੇ ਜੀ? ਮੰਗ ਇਹ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਬਸ। ਪੁਲਿਸ ਕੋਈ ਕਾਰਵਾਈ ਕਰਨ ਆਈ ਹੁਣ ਤੱਕ? ਨਹੀਂ, ਹੁਣ ਤੱਕ ਨਹੀਂ, ਕੋਈ ਨਹੀਂ ਆਇਆ। ਕੁਛ ਕਾਇਦੇ ਲਿਖ ਕੇ ਦਿੱਤੀ ਇਹ ਬਾਰੇ? ਹਾਂਜੀ, ਕੋਈ ਨਹੀਂ ਦਿੱਤੀ ਅਜੇ। ਦਿੱਤੀ ਨਹੀਂ ਸੀ? ਹਾਂਜੀ, ਦਿੱਤੀ ਹੈਗੀ ਆ। ਹਾਂਜੀ, ਅਜੇ ਤਾਂ ਕਾਰਵਾਈ ਨਹੀਂ ਹੋਈ। ਖੇਤੀਬਾੜੀ ਸੀ ਉਦਾਂ। ਹਾਂਜੀ, ਸ਼ੈਡ ਪਾਇਆ ਇਹਨਾਂ ਨੇ। ਦੁਕਾਨ ਇਹਨਾਂ ਦੀ ਉੱਧਰ ਹੀ ਮਿਲਕ ਦੁੱਧ ਡੇਰੀ ਤੇ। ਪਿੰਡ ਚ ਪਿੰਡ ਜੀ? ਨਾਮ ਆਪਣਾ ਜੀ? ਮੇਰਾ ਨਾਮ ਮਲਕੀਤ ਸਿੰਘ ਜੀ। ਅੱਛਾ, ਕੀ ਗੱਲਬਾਤ ਹੋਈ ਹੈ ਜੀ? ਗੱਲਬਾਤ ਜੀ ਹੋਈ ਆ ਵੀ ਸੋਨਾ ਜਿਹੜਾ ਬੇਟਾ ਗੁਰਪ੍ਰੀਤ ਸੋਨਾ, ਉਸ ਗੁਰਪ੍ਰੀਤ ਸੋਨਾ, ਹਾਂਜੀ, ਉਹ ਆਪਣੀ ਦੁਕਾਨ ਤੋਂ ਆ ਰਿਹਾ ਸੀ, ਦੁਕਾਨ ਬੰਦ ਕਰਕੇ। ਦੁਕਾਨ ਤੋਂ ਥੋੜ੍ਹੀ ਦੂਰ ਆਣ ਕੇ ਕੁਛ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਘੇਰ ਕੇ ਚਾਕੂ ਮਾਰੇ ਆ। ਚਾਕੂ ਮਾਰਨ ਦੇ ਬਾਵਜੂਦ ਉਹ ਥੋੜ੍ਹਾ ਚਿਰ ਉੱਥੇ ਪਿਆ ਰਿਹਾ ਵਾ, ਉਸ ਤੋਂ ਬਾਅਦ ਪਤਾ ਲੱਗਣ 'ਤੇ ਮੁੜ ਕੇ ਉਹਨੂੰ ਘਰ ਲਿਆਂਦਾ ਵਾ। ਘਰ ਲਿਆ ਕੇ ਬਾਅਦ ਦੇ ਵਿੱਚ ਜਦੋਂ ਆਪਾਂ ਹੋਸਪਿਟਲ ਖੜਿਆ ਉਹਨੂੰ, ਹੋਸਪਿਟਲ ਜਾ ਕੇ ਉਹਦੀ ਇੱਕ ਦਿਨ ਉਹਦੀ ਨਹੀਂ ਉਹਦੀ ਡੈਥ ਹੋ ਗਈ ਆ। ਅਤੇ ਉਹਨਾਂ ਦੇ ਬੰਦੇ ਦੇ ਪਤਾ, ਨਾਮ ਕੋਈ ਪਤਾ ਜਿਹਨਾਂ ਮਾਰੇ ਕਾਚੂ ਜੀ? ਹਾਂਜੀ, ਨਾਮ ਦਾ ਪਤਾ ਜੀ ਉਹਨਾਂ ਜਿਹਨਾਂ? ਨਾਮ ਤਾਂ ਪਤਾ ਹੈਗਾ ਜੀ, ਪਤਾ ਵਾ। ਅੱਛਾ ਜੀ, ਹਾਂ। ਅਤੇ ਕੋਈ ਪੁਲਿਸ ਕਾਰਵਾਈ ਕੀਤੀ ਹੈ? ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਅਜੇ ਤੱਕ। ਸਭ ਤੋਂ ਘਿਨਾਉਣੀ ਗੱਲ ਤਾਂ ਇਹ ਆ ਵੀ ਹੁਣ ਤੱਕ ਅਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ। ਕਿਹੜਾ ਪਿੰਡ ਵੱਜਦਾ? ਕਿਹੜਾ ਜੀ? ਦਬੁਰ ਆਪਣਾ ਭੋਜੀਆਂ। ਕੀ ਮੰਗ ਹੋਣ ਤੁਹਾਡੀ? ਕੀ ਕਹਿਣਾ ਤੁਹਾਡਾ ਜੀ? ਮੰਗ ਇਹ ਹੋਇਆ ਵੀ ਸਾਨੂੰ ਸਾਡਾ ਇਨਸਾਫ਼ ਮਿਲਣਾ ਚਾਹੀਦਾ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਕੋਈ ਪੁਰਾਣੀ ਰਜਿਸਟਰ ਨਹੀਂ? ਕੋਈ ਨਹੀਂ ਜੀ, ਪੁਰਾਣੀ ਰਜਿਸਟਰ ਕੋਈ ਨਹੀਂ ਹੈਗੀ। ਅੱਜ 2-3 ਦਿਨ ਹੋ ਗਿਆ, ਹਾਲ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕਰ? ਨਹੀਂ, ਕੋਈ ਕਾਰਵਾਈ ਨਹੀਂ ਹੋਈ ਹੈ।